ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਵੀਰ ਸਿੰਘ, ਅਸੀਂ ਪੰਜ ਮੈਂਬਰ, ਮੇਰੇ ਨਾਲ ਹਰਜੀਤ ਸਿੰਘ, ਮੇਰੇ ਨਾਲ ਮਨਮਿੰਦਰ ਕੌਰ, ਨਰਿੰਦਰ ਕੌਰ, ਜਸਮੀਤ ਕੌਰ, ਅਸੀਂ 10 ਮਾਰਚ ਨੂੰ 30 ਦਿਨ ਦੇ ਵੀਜ਼ੇ ਵਾਸਤੇ ਅਟਾਰੀ ਬਾਰਡਰ ਰਸਤੇ ਅਸੀਂ ਲਾਹੌਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਵਾਸਤੇ ਆਏ। ਕੁਛ ਦਿਨ ਦੀ ਯਾਤਰਾ ਕਰਨ ਤੋਂ ਬਾਅਦ ਅਸੀਂ ਵਾਪਸ ਅਮਰੀਕ ਸਿੰਘ ਲਾਹੌਰ ਇਹਨਾਂ ਦੇ ਘਰ ਦੇ ਵਿੱਚ ਅਸੀਂ ਆਣ ਕੇ ਰਿਹਾਇਸ਼ ਕੀਤੀ। ਦੌਰਾਨੇ ਅਸੀਂ ਜਦੋਂ ਵਾਪਸ ਜਾਣ ਲੱਗੇ, ਕਰੋਨਾ ਮਹਾਂਮਾਰੀ ਕਰਕੇ ਦੋਨਾਂ ਮੁਲਕਾਂ ਦੇ ਬਾਰਡਰ ਸੀਲ ਹੋ ਗਏ। ਇਹਦੇ ਦੌਰਾਨ ਅਸੀਂ ਸਾਡਾ ਵੀਜ਼ਾ ਵੀ ਖਤਮ ਹੋ ਗਿਆ, ਅਸੀਂ ਦੁਬਾਰਾ ਵੀਜ਼ਾ ਐਕਸਟੈਂਡ ਕਰਾਇਆ। ਸਾਨੂੰ ਇਹ ਪਰੇਸ਼ਾਨੀ ਹੈ ਕਿ ਮੈਨੂੰ ਵੀ ਪਰੇਸ਼ਾਨੀ ਹਾਰਟ ਦੀ, ਮੇਰਾ ਹਾਰਟ ਇੰਜੈਕਸ਼ਨ ਫੈਕਸ਼ਨ 40% ਕੰਮ ਕਰਦਾ। ਮੇਰੇ ਨਾਲ ਮੇਰੇ ਭਾਬੀ ਜੀ ਨੇ, ਉਹਨਾਂ ਦਾ ਹਾਰਟ ਦੀ ਵੀ ਮੈਡੀਸਨ ਚੱਲ ਰਹੀ, ਇੱਥੇ ਸਾਨੂੰ ਉਹ ਮੈਡੀਸਨ ਨਹੀਂ ਮਿਲਦੀ। ਅਸੀਂ ਜਿਨ੍ਹਾਂ ਦੇ ਘਰ ਦੇ ਵਿੱਚ ਸਟੇ ਕੀਤਾ ਉਹ ਲੋਕ ਵੀ ਪਿਛਲੇ 1 ਮਹੀਨੇ ਤੋਂ ਲੋਕਡਾਊਨ ਦੇ ਕਰਕੇ ਪਰੇਸ਼ਾਨ ਹੈ। ਉੱਧਰ ਸਾਡੇ ਇੰਡੀਆ ਦੇ ਵਿੱਚ ਸਾਡੇ ਬੱਚੇ ਸਾਡੇ ਪਰਿਵਾਰ ਸਾਡੇ ਵਾਸਤੇ ਪਰੇਸ਼ਾਨ ਨੇ। ਅਸੀਂ 10 ਦਿਨ ਪਹਿਲਾਂ ਵੀ ਇਸਲਾਮਾਬਾਦ ਦੇ ਵਿੱਚ ਇੰਡੀਅਨ ਐਮਬੈਸੀ ਨੂੰ ਅਪੀਲ ਪਾਈ ਸੀ ਕਿ ਸਾਨੂੰ ਇੱਥੋਂ ਜਲਦੀ ਤੋਂ ਜਲਦੀ ਵਾਪਸ ਭੇਜਣ ਦਾ ਇੰਤਜ਼ਾਮ ਕਰੋ। ਅਸੀਂ ਫਿਰ ਦੋਨਾਂ ਸਰਕਾਰਾਂ ਨੂੰ ਹੱਥ ਬੰਨ ਕੇ ਬੇਨਤੀ ਕਰਨੇ ਕਿ ਸਾਡੀ ਮੁਸ਼ਕਲਾਂ ਨੂੰ ਦੇਖਦੇ ਹੋਏ ਸਾਨੂੰ ਇਹਨਾਂ ਇਹ ਮੁਲਕਾਂ ਦੇ ਵਿੱਚ ਬੇਨਤੀ ਕਰਨੇ ਕਿ ਸਾਨੂੰ ਇੱਥੋਂ ਜਲਦੀ ਤੋਂ ਜਲਦੀ ਵਾਪਸ ਭੇਜਣ ਦਾ ਕੁਛ ਇੰਤਜ਼ਾਮ ਕੀਤਾ ਜਾਵੇ। ਧੰਨਵਾਦ ਜੀ।